ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰੇਂਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਗੁੰਜੀਆਂ ਇੱਕ ਦਰਾਨੀ ਜਠਾਣੀ ਆਪਸ ਵਿੱਚ ਲੜ ਪਈਆਂ ਪਤੀ ਘਰ ਆਇਆ ਉਸਨੇ ਭਾਬੀ ਨੂੰ ਕੁਝ ਨਾ ਕਿਹਾ ਪਰ ਪਤਨੀ ਕੁੱਟ ਦਿੱਤੀ ਬੱਚਿਆਂ ਦੇ ਨਾਲ ਪਈ ਉਹ ਰਾਤ ਨੂੰ 2 ਵਜੇ ਸੋਚਣ ਲੱਗ ਪਈ ਕਿ ਇਸ ਜੂਨ ਨਾਲੋਂ ਤਾਂ ਮਰ ਜਾਣਾ ਚੰਗਾ ਹੈ ਪਰ ਸੋਚਿਆ ਇਹ ਜਵਾਬ ਰੋਲ ਜਾਣਗੇ ਸੁਣੋ ਆਪਣਾ ਦੁੱਖ ਸਹ ਲੈ ਲੱਗ ਰਿਹਾ ਸੀ ਉਹ ਪਤੀ ਦੇ ਸਿਰ ਚੜ੍ਹ ਕੇ ਮਰਨਾ ਚਾਹੁੰਦੀ ਸੀ ਉਹ ਬਹੁਤ ਸਬਕਤ ਤੇ ਉੱઠી ਘਰ ਦੇ ਸਾਰੇ ਕੰਮ ਨਿਪਟਾ ਕੇ ਹੋਰਾਂ ਦੇ ਉੱਠਣ ਤੋਂ ਪਹਿਲਾਂ ਬੁਕਲ ਮਾਰ ਕੇ ਨੇੜੇ ਵਗਦੀ ਨਹਿਰ ਦੇ ਉੱਚੇ ਪੁਲ ਤੋਂ ਛਾਲ ਮਾਰ ਨਿਕਲ ਪਈ ਜਦੋਂ ਪੁਲ ਕੋਲ ਪਹੁੰਚੀ ਤਾਂ ਉੱਥੇ ਕੁਝ ਲੋਕ ਜਿਹਨਾਂ ਬਜ਼ੁਰਗ ਤਾਂ ਬਥੇਰੇ ਸਨ ਉਸਦੇ ਆਪਣੇ ਪੇਕਿਆਂ ਦੇ ਪਿੰਡ ਤੋਂ ਵੀ ਅੱਗੇ ਕਿਸੇ ਦੀ ਮਰਨ ਮਾਰਗ ਤੇ ਜਾ ਰਹੇ ਸਨ ਉਹ ਉਹਨਾਂ ਨਾਲ ਚੱਲ ਗਈ ਤੇ ਆਪਣੇ ਪੇਕੇ ਪਿੰਡ ਪਹੁੰਚ ਗਈ। ਘਰੋਂ ਮਾਂ ਗੁੱਸੇ ਨਾਲ ਬੋਲੀ, "ਤੂੰ ਆਪਣੇ ਘਰੋਂ ਪੈਰ ਕਿਉਂ ਬਾਹਰ ਕੱਢਿਆ? ਤੇਰੇ ਵਰਗੀਆਂ ਪੰਜ ਹੋਰ ਹਨ। ਜੇ ਉਹ ਸਾਰੇ ਏਵੇਂ ਆ ਜਾਣ ਤਾਂ ਮੈਂ ਕਿਵੇਂ ਸਾਂਭਾਂਗੀ?" ਮਾਂ ਨੂੰ ਰੋਂਦੀ ਵੇਖ ਕੇ ਧੀ ਵੀ ਰੋਣ ਲੱਗ ਪਈ। ਮਗਰ ਇਸ ਘਟਨਾ ਉਪਰੰਤ ਹੋਏ ਪੁੱਤਰ ਨੇ ਪੁੱਛਿਆ, "ਬੇਬੇ ਫੇਰ ਤੂੰ ਉੱਚੇ ਪੁਲ ਤੋਂ ਨਹਿਰ ਵਿੱਚ ਛਾਲ ਕਿਉਂ ਨਾ ਮਾਰੀ?" ਮਾਂ ਨੇ ਕਿਹਾ, "ਜੇ ਮੈਂ ਛਾਲ ਮਾਰ ਦਿੰਦੀ ਤਾਂ ਤੂੰ ਇਹ ਜੱਗ ਕਿਵੇਂ ਵੇਖਦਾ?" ਅਮਰੀਕਾ ਦੇ ਇੱਕ ਪ੍ਰਸਿੱਧ ਮਿਰਦਾ ਆਸ਼ਰਮ ਵਿੱਚ ਇੱਕ ਬੜੀ ਅਮੀਰ ਇਸਤਰੀ ਆਪਣੇ ਪਤੀ ਦੀ ਕਬਰ ਤੇ ਫੁੱਲ ਚੜਾਉਣ ਲਈ ਚਰਚ ਦੇ ਪਾਦਰੀ ਨੂੰ ਪੈਸੇ ਦਿਆ ਕਰਦੀ ਸੀ ਉਹ ਆਪ ਵੀ ਬਿਮਾਰ ਰਹਿਣ ਲੱਗ ਪਈ ਉਸਨੇ ਪਾਦਰੀ ਨੂੰ ਕਿਹਾ ਆਖਰੀ ਵਾਰ ਫੁੱਲ ਚੜਾਉਣ ਦੀ ਤਕਲੀਫ ਦੇ ਰਹੀ ਹਾਂ ਪਾਦਰੀ ਨੇ ਕਿਹਾ ਉਹ ਚਲੇ ਗਏ ਹਨ ਸ਼ਰਧਾ ਚੰਗੀ ਭਾਵਨਾ ਹੈ ਪਰ ਕਈ ਜਿਉਂਦਿਆਂ ਨੂੰ ਮਦਦ ਦੀ ਲੋੜ ਹੈ ਇਹਨਾਂ ਦੀ ਮਦਦ ਕਰਨ ਨਾਲ ਵੀ ਤੇਰੇ ਤਸੱਲੀ ਮਿਲੇਗੀ ਉਹ ਇਸਤਰੀ ਪਾਦਰੀ ਦੇ ਇਸ ਕਥਨ ਬਾਰੇ ਸੋਚਣ ਲੱਗ ਪਈ ਉਹ ਠੀਕ ਹੋਣ ਲੱਗ ਪਈ ਅਤੇ ਕੁਝ ਚਿਰ ਮਗਰੋਂ ਬਿਰਦਾ ਆਸ਼ਰਮ ਤੋਂ ਆਪਣੇ ਘਰ ਚਲੀ ਗਈ ਲਗਭਗ 1 ਸਾਲ ਮਗਰ ਉਸਨੇ ਪਾਦਰੀ ਦਾ ਦਰਵਾਜ਼ਾ ਖੜਕਾਇਆ ਪਾਦਰੀ ਨੂੰ ਵੇਖ ਕੇ ਪ੍ਰਸੰਨ ਇਸ ਇਸਤਰੀ ਨੇ ਕਿਹਾ ਮੈਂ ਉਹੀ ਹਾਂ ਜਿਸ ਨੂੰ ਤੁਸੀਂ ਜਿਉਂਦਿਆਂ ਦੀ ਮਦਦ ਕਰਨ ਦੀ ਸਲਾਹ ਦਿੱਤੀ ਸੀ ਹੁਣ ਮੈਂ ਲੋੜਵੰਦਾਂ ਦੀ ਮਦਦ ਕਰਦੀ ਹਾਂ ਅਤੇ ਆਪ ਵੀ ਠੀਕ ਹਾਂ ਚੰਗੀ ਸਲਾਹ ਦੇਣ ਲਈ ਮੈਂ ਧੰਨਵਾਦ ਕਰਨ ਆਈ ਹਾਂ ਇੱਕ ਪਿਤਾ ਪੁੱਤਰ ਬੜੀ ਸਵੇਰੇ ਮੱਛੀਆਂ ਫੜਨ ਗਏ। ਸਵੇਰੇ 7:30 ਵਜੇ ਸਨ। ਮੱਛੀਆਂ ਫੜਨ ਲਈ ਠੁਕਮੀ ਥਾਂ ਦੀ ਚੋਣ ਕਰਨ ਵਾਸਤੇ ਪਿਤਾ ਦੂਰ ਨਿਕਲ ਗਿਆ। ਪਿੱਛੋਂ ਪੁੱਤਰ ਉੱਥੇ ਹੀ ਮੱਛੀਆਂ ਫੜਨ ਲੱਗ ਪਿਆ। ਪਿਤਾ ਦੇ ਮੁੜਨ ਤੇ ਪੁੱਤਰ ਨੇ ਆਪਣੀ ਫੜੀ ਵੱਡੀ ਮੱਛੀ ਵਿਖਾਈ। ਪਿਤਾ ਨੇ ਕਿਹਾ ਫੜੀ ਮੱਛੀ ਜਿਉਂਦੀ ਹੈ। ਵਾਪਸ ਪਾਣੀ ਵਿੱਚ ਸੁੱਟ ਦੇ ਕਿਉਂਕਿ ਮੱਛੀਆਂ ਫੜਨ ਦਾ ਸਮਾਂ 8 ਵਜੇ ਹੈ। ਕੋਈ ਵੇਖ ਨਹੀਂ ਸੀ ਰਿਹਾ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ ਪਰ ਪੁੱਤਰ ਨੇ ਪਿਤਾ ਦੇ ਕਹੇ ਦੀ ਦ੍ਰਿੜਤਾ ਵੇਖ ਲਈ ਸੀ ਮੱਛੀ ਵਾਪਸ ਉੱਠ ਦਿੱਤੀ ਮਗਰ ਉਹ ਵੱਡਾ ਉਦਯੋਗਪਤੀ ਬਣਿਆ ਪਰ ਪ੍ਰਸਿੱਧ ਹੋ ਆਪਣੇ اخلاق ਕਾਰਨ ਹੋਇਆ ਇੱਕ ਸਾਝੇ ਪਿੰਡੂ ਪਰਿਵਾਰ ਵਿੱਚ ਚਾਰ ਦਰਾਨੀਆਂ ਜਠਾਨੀਆਂ ਸਨ ਸਾਰੇ ਕੰਮ ਵੰਡੇ ਹੋਏ ਸਨ ਹਰੇਕ ਨੂੰ ਆਪਣੇ ਕੰਮਾਂ ਦਾ ਪਤਾ ਸੀ ਉਹ ਕਿਸੇ ਕੰਮ ਵਿੱਚ ਆਦਮੀ ਨੂੰ ਨਹੀਂ ਸੰਪਾਉਂਦੀਆਂ ਪਰ ਆਪਸ ਵਿੱਚ ਖੇਬੜਦੀਆਂ ਸਨ ਲੜ ਪੈਂਦੀਆਂ ਸਨ ਕਈ ਵਾਰੀ ਪਤਿਆਂ ਤੋਂ ਕਟਾਪਾ ਵੀ ਖਾਂਦੀਆਂ ਸਨ ਅਗਲੇ ਦਿਨ ਸਭ ਕੁਝ ਭੁੱਲ ਭੁਲਾ ਜਾਂਦੀ ਸੀ ਪਰ ਕਿਸੇ ਨਵੀਂ ਗੱਲ ਤੋਂ ਫਿਰ ਬੋਲ ਬਲਾਰਾ ਹੋ ਜਾਂਦਾ ਸੀ ਮਗਰੋਂ ਮਹਿਸੂਸ ਹੋਇਆ ਕਿ ਉਹਨਾਂ ਦਾ ਆਪਸ ਵਿੱਚ ਲੜਨਾ ਵੀ ਕੰਮ ਦਾ ਹਿੱਸਾ ਸੀ ਜਿਹੜਾ ਇੱਕ ਪ੍ਰਕਾਰ ਦਾ ਮਨੋਰੰਜਨ ਵੀ ਸੀ ਯੂਰਪ ਵਿੱਚ ਪਰੰਪਰਾ ਹੈ ਕਿ ਵਿਆਹ ਵੇਲੇ ਦੁਲਹਨ ਚਿੱਟਾ ਬੇਦਾਗ ਪਹਿਰਾਵਾ ਪਹਿਨਦੀ ਹੈ ਪਹਿਲਾਂ ਦੁਲਹਨ ਆਪਣੀ ਪਸੰਦ ਦੇ ਰੰਗਾਂ ਦੇ ਲਿਬਾਸ ਪਹਿਨਦੀਆਂ ਸਨ 19ਵੀਂ ਸਦੀ ਵਿੱਚ ਮਲਕਾ ਵਿਕਟੋਰੀਆ ਨੇ ਸ਼ਹਿਜ਼ਾਦੇ ਐਲਬਰਟ ਨਾਲ ਸ਼ਾਦੀ ਸਮੇਂ ਚਿੱਟਾ ਪਹਿਰਾਵਾ ਧਾਰਨ ਕੀਤਾ ਸੀ ਵਿਕਟੋਰੀਆ ਬੜੀ ਹਰਮਨ ਪਿਆਰੀ ਮਹਾਰਾਣੀ ਸੀ ਉਸ ਦੀ ਪਸੰਦ ਸਮੁੱਚੇ ਦੇਸ਼ ਦੀ ਹੀ ਨਹੀਂ ਸਮੁੱਚੇ ਯੂਰਪ ਦੀ ਪਸੰਦ ਹੋ ਨਿਭੜੀ ਅਤੇ ਅੱਗੋਂ ਲਈ ਦੁਲਹਨ ਦਾ ਪਹਿਰਾਵਾ ਚਿੱਟਾ ਹੋ ਗਿਆ ਯਥਾਰਥਵਾਦੀ ਸਮਾਜਿਕ ਜੀਵਨ ਵਿੱਚ ਵੱਧ ਤੋਂ ਵੱਧ ਵਿਚਾਰ ਜਿਹੇ ਪਹੁੰਚਦੇ ਹਨ ਉਹ ਕਿਸੇ ਵੀ ਖੇਤਰ ਵਿੱਚ ਅਕਸਰ ਸਿਖਰ ਨਹੀਂ ਛੂੰਹਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਸਿਖਰ ਛੂਣ ਲਈ ਕਲਪਨਾ ਸੁਪਨੇ ਅਤੇ ਆਦਰਸ਼ਾਂ ਦੀ ਲੋੜ ਪੈਂਦੀ ਹੈ ਭਾਵਕ ਸ਼ਕਤੀ ਸਰੀਰਕ ਸ਼ਕਤੀ ਨਾਲੋਂ ਬੜੀ ਬਲਵਾਨ ਹੁੰਦੀ ਹੈ ਕਮਜ਼ੋਰ ਸਰੀਰ ਵਾਲੀ ਇੱਕ ਮਾਂ 벨ਟ ਨਾਲ ਬੰਨੇ ਆਪਣੇ ਛੋਟੇ ਬੱਚੇ ਨਾਲ ਕਾਰ ਵਿੱਚ ਜਾ ਰਹੀ ਸੀ ਮੀਂਹ ਕਾਰਨ ਗਿੱਲੀ ਸੜਕ ਉੱਤੇ ਕਾਰ ਤਿਲਕ ਕੇ ਨਾਲ ਦੇ ਖੇਤ ਵਿੱਚ ਉਲਟ ਗਈ ਅਤੇ ਮਾਂ 扑ੜ ਕੇ ਬਾਹਰ ਡਿੱਗ ਪਈ। ਬੱਚਾ ਕਾਰ ਵਿੱਚ ਸੀ, ਮੀਂਹ ਪੈ ਰਿਹਾ ਸੀ। ਖੇਤ ਦੀ ਮਿੱਟੀ ਚਿੱਕੜ ਬਣੀ ਹੋਈ ਸੀ। ਕੋਈ ਮਦਦ ਸੰਭਵ ਨਹੀਂ ਸੀ। ਸਵਾਲ ਬੱਚੇ ਨੂੰ ਬਚਾਉਣ ਦਾ ਸੀ। ਉਸ ਕਮਜ਼ੋਰ ਸਰੀਰ ਵਾਲੀ ਇਸਤਰੀ ਨੇ ਪੂਰਾ ਜ਼ੋਰ ਲਾ ਕੇ ਉਲਟੀ ਹੋਈ ਕਾਰ ਉਲਟਾ ਕੇ ਸਿੱਧੀ ਕਰ ਲਈ। ਬੱਚਾ ਬਚਾਉਣਾ ਸੀ, ਬੱਚਾ ਬਚ ਗਿਆ। ਇਹ ਤਾਕਤ ਕਿੱਥੋਂ ਆਈ? ਇਹ ਕੁਦਰਤ ਵੱਲੋਂ ਮਾਂ ਨੂੰ ਮਿਲੀ ਭਾਵਕ ਤਾਕਤ ਸੀ। ਜਦੋਂ ਬੱਚੇ ਦੀ ਜਾਨ ਖਤਰੇ ਵਿੱਚ ਹੁੰਦੀ ਹੈ ਤਾਂ ਮਾਂ ਵਿੱਚ ਇਸ ਤਰ੍ਹਾਂ ਦਾ ਡੈਮ ਫਟ ਜਾਂਦਾ ਹੈ। ਜੁਨਾਨੀ ਫਿਲਾਸਫਰ ਡਾਇਗਨੋਸ ਮੰਗ ਕੇ ਆਪਣਾ ਨਿਰਭਾ ਕਰਦਾ ਸੀ। ਉਸ ਦੀ ਹਰ ਇੱਕ ਗੱਲ ਵਿੱਚ ਫਲਸਫਾ ਹੁੰਦਾ ਸੀ। ਉਹ ਸ਼ਹਿਰ ਵਿੱਚ ਲੱਗੇ ਬੁੱਤਾਂ ਤੋਂ ਵੀ ਮੰਗਦਾ ਸੀ। ਕਿਸੇ ਨੇ ਪੁੱਛਿਆ ਬੁੱਤਾਂ ਤੋਂ ਕਿਉਂ ਮੰਗਦੇ ਹੋ? ਉਸ ਨੇ ਕਿਹਾ ਐਵੇਂ ਮੈਂ ਕਿਸੇ ਤੋਂ ਕੁਝ ਨਾ ਮਿਲਣ ਤੇ ਨਿਰਾਸ਼ ਹੋਣ ਦੀ ਥਾਂ ਸਬਰ ਕਰਨਾ ਸਿੱਖਦਾ ਹਾਂ। ਇਕ ਸੰਤ ਇਤਨਾ ਤੇਜਸਵੀ ਸੀ ਕਿ ਸਾਪੋ ਵੀ ਉਸਦੇ ਸਿਰ ਦਾਲੂ ਸਨ ਸੰਤ ਨੇ ਇੱਕ ਸੱਪ ਨੂੰ ਕਿਹਾ ਕਿਸੇ ਨੂੰ ਕੱਟੇ ਨਾ ਲੋਕ ਪ੍ਰਸੰਨ ਸਨ ਕਿਉਂਕਿ ਹੁਣ ਸੱਪ ਦਾ ਡਰ ਨਹੀਂ ਸੀ ਹੌਲੀ-ਹੌਲੀ ਲੋਕਾਂ ਨੇ ਉਸ ਤੋਂ ਡਰਨਾ ਬੰਦ ਕਰ ਦਿੱਤਾ ਬੱਚੇ ਸੱਪ ਨੂੰ ਫੜ ਕੇ ਖਿੱਚਦੇ ਰਹਿੰਦੇ ਸਨ ਇੱਕ ਵਾਰੀ ਸੰਤ ਫਿਰ ਉਧਰੋਂ ਲੰਘਿਆ ਸੱਪ ਨੇ ਬੜੀ ਨਿਰਾਸ਼ਤਾ ਨਾਲ ਦੱਸਿਆ ਕਿ ਵੇਖੋ ਮੇਰਾ ਕੀ ਹਾਲ ਹੋ ਗਿਆ ਹੈ ਤੁਸੀਂ ਹੀ ਉਪਦੇਸ਼ ਦਿੱਤਾ ਸੀ ਕਿ ਕਿਸੇ ਨੂੰ ਕੱਟਣਾ ਨਹੀਂ ਸੰਤ ਨੇ ਕਿਹਾ ਤੈਨੂੰ ਕਟਣ ਤੋਂ ਰੋਕਿਆ ਸੀ ਇਹ ਤਾਂ ਨਹੀਂ ਸੀ ਕਿਹਾ ਕਿ ਫੁੰਕਾਰਾ ਵੀ ਨਾ ਮਾਰੀ ਰੋਮਾਨੀਆ ਤੇ ਸਪੇਨ ਦੀਆਂ ਮਹਾਰਾਣੀਆਂ ਨੇ 5-5000 ਡਾਲਰ ਲੈ ਕੇ ਪੌਂਡਸ ਸਪੌਂਸ ਕਰੀਮ ਵਰਤਨ ਦੀ ਸ਼ਿਫਾਰਸ਼ ਕੀਤੀ ਸੀ ਇਸ ਤੋਂ ਰਿਵਾਜ ਪੈ ਗਿਆ ਕਿ ਪ੍ਰਸਿੱਧ ਹਸਤੀਆਂ ਵਕਫ-ਵਕ ਚੀਜ਼ਾਂ ਖਰੀਦਣ ਦੀ ਸ਼ਿਫਾਰਸ਼ਾ ਕਰਨ ਲੱਗ ਪਈਆਂ ਸੰਸਾਰ ਦੇ ਸਭ ਤੋਂ ਅਮੀਰ ਬੰਦਿਆਂ ਦੇ ਨਾਂ ਲਓ। ਪਿਛਲੇ ਸਾਲ ਦੇ ਨੋਬਲ ਪੁਰਸਕਾਰ ਜੇਤੂਆਂ ਦੇ ਨਾਂ ਦੱਸੋ। ਪੰਜ ਵਿਸ਼ਵ ਸੁੰਦਰੀਆਂ ਦੇ ਨਾਂ ਲਿਖੋ। ਤੁਸੀਂ ਯਤਨ ਕਰਨ ਦੇ ਬਾਵਜੂਦ ਦੱਸ ਨਹੀਂ ਸਕੋਗੇ। ਇਸੀ ਖ਼ਵਾਰਾਂ ਵਿਚਲੀਆਂ ਸੁਰਖੀਆਂ ਯਾਦ ਨਹੀਂ ਰੱਖਦੇ। ਤਾੜੀਆਂ ਸ਼ਾਂਤ ਹੋ ਜਾਂਦੀਆਂ ਹਨ। ਮਿਲੇ ਪੁਰਸਕਾਰ ਧੁੰਦਲੇ ਪੈ ਜਾਂਦੇ ਹਨ। ਹੁਣ ਆਪਣੇ ਜੀਵਨ ਦੇ ਪੰਜ ਯਾਦਗਾਰੀ ਅਧਿਆਪਕਾਂ ਦੇ ਨਾਂ ਲਿਖੋ। ਸੰਕਟ ਵਿੱਚ ਸਾਥ ਦੇਣ ਵਾਲੇ ਪੰਜ ਦੋਸਤਾਂ ਦੇ ਨਾਂ ਲਿਖੋ। ਉਹਨਾਂ ਪੰਜ ਅਜਨਬੀਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਤੁਹਾਨੂੰ ਮਹੱਤਵਪੂਰਨ ਸਬਕ ਸਿਖਾਏ। ਉਹਨਾਂ ਪੰਜ ਲੜਕੀਆਂ ਦੇ ਚਿਹਰੇ ਯਾਦ ਕਰੋ ਜਿਨ੍ਹਾਂ ਨੂੰ ਵੇਖ ਕੇ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋਈ ਸੀ। ਉਹਨਾਂ ਪੰਜ ਜਮਾਤੀਆਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਮੁੜ ਮਿਲਣਾ ਚਾਹੁੰਦੇ ਹੋ। ਜਿਹੜੇ ਲੋਕ ਸਾਡੀ ਜ਼ਿੰਦਗੀ ਵਿੱਚ ਰੌਣਕ ਭਰਦੇ ਹਨ। ਉਹ ਨੋਬਲ ਪੁਰਸਕਾਰ ਵਿਜੇਤਾ ਜਾਂ ਵਿਸ਼ਵ ਸੁੰਦਰੀਆਂ ਜਾਂ ਸਭ ਤੋਂ ਅਮੀਰ ਵਿਅਕਤੀ ਨਹੀਂ ਹੁੰਦੇ। ਆਮ ਸਧਾਰਨ ਲੋਕ ਸਾਡੀ ਜ਼ਿੰਦਗੀ ਵਿੱਚ ਉਸ਼ਾ ਤੇ ਜੋਸ਼ ਭਰਦੇ ਹਨ। ਇਨਾਂ ਦਾ ਜਸ਼ਨ ਮਨਾਓ ਇਹਨਾਂ ਦੇ ਨੇੜੇ ਹੋਵੋ ਇਹਨਾਂ ਨੂੰ ਜਫੀ ਪਾਓ ਸੁਧਾਰਨ ਬਨੰਦੀ ਦੀ ਵਿਸ਼ੇਸ਼ਤਾ ਮਾਣੋ ਇੱਕ ਵਿਅਕਤੀ ਗਾਂਧੀ ਜੀ ਦੇ ਪ੍ਰਭਾਵ ਅਧੀਨ ਜਾਤ ਪਾਤ ਤੋਂ ਇਨਕਾਰ ਹੀ ਗਿਆ ਜਿਸ ਕਾਰਨ ਬਰਾਦਰੀ ਨੇ ਉਸ ਨੂੰ ਛੇਕ ਦਿੱਤਾ ਉਸ ਨੂੰ ਗਾਂਧੀ ਜੀ ਨੇ ਸ਼ਰਧਾਲੂ ਹੋਣ ਦਾ ਇਤਨਾ ਮਾਣ ਸੀ ਕਿ ਬਰਾਦਰੀ ਵੱਲੋਂ ਛੇਕੇ ਜਾਣਾ ਉਸਨੇ ਮਾਣ ਵਾਲੀ ਗੱਲ ਸਮਝੀ ਉਹ ਬਰਾਦਰੀ ਦੀਆਂ ਗੱਲਾਂ ਮੰਨਣ ਦੀ ਬਦਨਾਮੀ ਤੋਂ ਮੁਕਤ ਹੋ ਗਿਆ ਉਹ ਭਤੀਜੇ ਭਤੀਜੀਆਂ ਦੇ ਵਿਆਹਾਂ ਵਿੱਚ ਭਾਗ ਲੈਣ ਤੋਂ ਬਰੀ ਹੋ ਗਿਆ ਵਾਧੂ ਰਿਸ਼ਤੇਦਾਰਾਂ ਦੀਆਂ ਗੈਰਵਾਜ ਮੰਗਾਂ ਤੋਂ ਖਿਹੜਾ ਛੁੱਟ ਗਿਆ। ਕਈ ਮਰਨਿਆਂ ਦੇ ਝੂਠਾ ਸੋਗ ਕਰਨ ਦੀ ਲੋੜ ਮੁੱਕ ਗਈ। ਉਹ ਅੰਦਰੋਂ ਪ੍ਰਸੰਨ ਸੀ, ਕਾਇਆ ਕਲਪ ਵਾਪਰ ਗਿਆ ਸੀ। ਸੁਧਾਰਨ ਵਿਅਕਤੀ ਇਸ ਆਧਾਰਨ ਪ੍ਰਸਥਿਤੀਆਂ ਵਿੱਚੋਂ ਲੰਘ ਗਿਆ ਸੀ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ, ਤੁਹਾਡਾ ਦਿਨ ਸ਼ੁਭ ਰਹੇ।